ਮੈਂ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਉਸ ਪਰਸਨੈਲਿਟੀ ਨਾਲ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਬਹੁਤ ਹੀ ਵਰ੍ਹਿਆਂ ਤੋਂ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਅਕਸ਼ਿਤਾ ਬਾਰੇ। ਸਤਿ ਸ਼੍ਰੀ ਅਕਾਲ ਅਕਸ਼ਿਤਾ ਜੀ, ਕੀ ਹਾਲ ਹੈ ਜੀ? ਠੀਕ ਠਾਕ, ਤੁਸੀਂ ਸੁਣਾਓ? ਬਹੁਤ ਵਧੀਆ। ਅੱਛਾ ਅਕਸ਼ਿਤਾ, ਤੁਸੀਂ ਮਾਡਲਿੰਗ ਤੋਂ ਆਪਣਾ ਕਰੀਅਰ ਸਟਾਰਟ ਕੀਤਾ ਪੰਜਾਬੀ ਵੀਡੀਓਜ਼ ਤੋਂ, ਤਾਂ ਹੁਣ ਤੁਸੀਂ ਮੂਵੀਜ਼ 'ਚ ਆ ਚੁੱਕੇ ਹੋ, ਉਸ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਲੰਬਾ ਸਫ਼ਰ ਹੈ, ਬਿਕੋਜ਼ ਬਹੁਤ ਛੋਟੀ ਉਮਰ 'ਚ ਸਟਾਰਟ ਕੀਤਾ ਸੀ। ਉਸ ਟਾਈਮ ਮੂਵੀਜ਼ ਦਾ ਬਿਲਕੁਲ ਟ੍ਰੈਂਡ ਨਹੀਂ ਸੀਗਾ, ਅਤੇ ਹੁਣ ਮੂਵੀਜ਼ ਦਾ ਹੀ ਟ੍ਰੈਂਡ ਹੈ ਸਾਨੂੰ। ਅਸੀਂ ਸੌਂਗਸ ਕੀਤੇ, ਸੌਂਗਸ ਤੋਂ ਮੂਵੀਜ਼ 'ਚ ਆਏ, ਅਤੇ ਬਹੁਤ ਵਧੀਆ ਲੱਗ ਰਿਹਾ ਕਿ ਇੰਡਸਟਰੀ ਇੰਨੀ ਗਰੋਅ ਕਰ ਰਹੀ ਹੈ। ਮਿਊਜ਼ਿਕ ਵੀਡੀਓਜ਼ ਤੋਂ ਪੰਜਾਬੀ ਇੰਡਸਟਰੀ, ਜਿਹੜੀ ਮੂਵੀਜ਼ ਇੰਡਸਟਰੀ ਹੈ, ਉਹ ਗਰੋਅ ਕਰ ਰਹੀ ਹੈ। ਬਹੁਤ ਵਧੀਆ ਲੱਗ ਰਿਹਾ। ਅਕਸ਼ਿਤਾ, ਮੂਵੀ ਵਿੱਚ ਤੁਸੀਂ ਆਪਣੇ ਕਰੈਕਟਰ ਬਾਰੇ ਕੁਛ, ਤੁਸੀਂ ਕਿਆ ਪਲੇ ਕਰ ਰਹੇ ਹੋ, ਕਿਸ ਤਰ੍ਹਾਂ ਦਾ ਰੋਲ ਹੈ? ਹਾਂਜੀ, ਕਾਕੇ ਦੇ ਵਿਆਹ 'ਚ ਮੇਰਾ ਲਵਲੀਨ ਨਾਮ ਦਾ ਕਰੈਕਟਰ ਹੈ, ਜੋ ਕਿ ਪ੍ਰੀਤੀ ਸਪਰੂ ਮੈਮ ਦੀ ਡੋਟਰ ਇਨ ਲਾਅ ਹੈ, ਅਤੇ ਨਿਰਮਲ ਰਿਸ਼ੀ ਮੈਮ ਦੀ ਗ੍ਰੈਂਡ ਡੋਟਰ ਇਨ ਲਾਅ ਹੈ। ਅਤੇ ਸੱਸ ਨੂੰ ਦੀ ਨੋਕ ਝੋਕ 'ਤੇ ਥੋੜ੍ਹੀ ਜਿਹੀ ਹੈਗੀ ਹੈ ਮੂਵੀ, ਅਤੇ ਮੇਰੀ ਸੱਸ ਨਾਲ ਹੀ ਬਣਦੀ, ਉਹਨਾਂ ਦੀ ਆਪਣੀ ਸੱਸ ਨਾਲ ਹੀ ਬਣਦੀ, ਮੇਰੀ ਦਾਦੀ ਸੱਸ ਨਾਲ ਬਣਦੀ। ਬੜਾ ਕਨਫਿਊਜ਼ਿੰਗ ਜਿਹਾ ਹੈ, ਅਤੇ ਉਹਦੇ ਉੱਪਰ ਹੈ ਕਿੱਦਾਂ ਸੱਸ ਨੂੰ ਦਾ ਲੜਾਈ ਝਗੜਾ ਚੱਲਦਾ ਰਹਿੰਦਾ। ਮੈਮ, ਤੁਸੀਂ ਪਹਿਲੇ ਕਾਫੀ ਮੂਵੀਜ਼ 'ਚ ਜਿਹੜਾ ਵੀ ਕੰਮ ਕੀਤਾ, ਬਹੁਤ ਦਿੱਗਜ ਪਰਸਨੈਲਿਟੀਜ਼ ਨਾਲ ਕੰਮ ਕਰ ਚੁੱਕੇ ਹੋ, ਤੁਸੀਂ ਬੱਬੂ ਮਾਨ ਜੀ ਨਾਲ ਵੀ ਕੰਮ ਕਰ ਚੁੱਕੇ ਹੋ, ਅਤੇ ਹੁਣ ਪ੍ਰੀਤੀ ਸਪਰੂ ਜੀ ਨਾਲ ਕੰਮ ਕਰ ਰਹੇ ਹੋ, ਅਤੇ ਕਿਆ ਕਹਿਣਾ ਚਾਹੋਗੇ ਕਿ ਅੱਛੇ ਅੱਛੇ ਕਲਾਕਾਰ ਨਾਲ ਕੰਮ ਕਰ ਰਹੇ ਹੋ, ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ? ਮੈਂ ਬਲੈਸਡ ਫੀਲ ਕਰਦੀ ਹਾਂ ਕਿ ਜਿਹੜੇ ਪੰਜਾਬ ਇੰਡਸਟਰੀ ਦੇ ਪਿਲਰਸ ਨੇ, ਜਿਨ੍ਹਾਂ ਨੇ ਇੰਡਸਟਰੀ ਨੂੰ ਬਹੁਤ ਕੁਛ ਦਿੱਤਾ ਹੈ, ਮੂਵੀਜ਼ ਇੰਡਸਟਰੀ ਨੂੰ ਬਹੁਤ ਕੁਛ ਦਿੱਤਾ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ, ਬਹੁਤ ਕੁਛ ਸਿੱਖਣ ਦਾ ਮੌਕਾ ਮਿਲਦਾ ਹੈ। ਇੰਨੇ ਵੱਡੇ ਸਟਾਰਸ ਨੇ, ਫਿਰ ਵੀ ਇੰਨੇ ਡਾਊਨ ਟੂ ਅਰਥ ਨੇ, ਇੰਨੇ ਹੰਬਲ ਹੈ, ਅਤੇ ਪੂਰਾ ਪੈਸ਼ਨ ਹੈ ਇਸ ਇੰਡਸਟਰੀ ਨੂੰ ਲੈ ਕੇ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ ਉਹਨਾਂ ਦਾ ਕੁਛ ਪਰਸੈਂਟ ਅਸੀਂ ਵੀ ਇੰਡਸਟਰੀ ਨੂੰ ਦੇ ਸਕੀਏ। ਸੋ ਮੈਮ, ਜਿਹੜੇ ਫੈਨਸ ਤੁਹਾਡੀ ਵੇਟ ਕਰ ਰਹੇ ਸੀ, ਹੁਣ ਤੁਸੀਂ ਦੁਬਾਰਾ ਉਹਦੇ ਸਾਹਮਣੇ ਆ ਰਹੇ ਹੋ, ਉਹਨਾਂ ਨੂੰ ਕਿਆ ਕਹਿਣਾ ਚਾਹੋਗੇ? ਬਈ, ਉਹਨਾਂ ਦੇ ਪਿਆਰ ਸੱਤ ਕੇ ਅਸੀਂ ਅੱਜ ਇੱਥੇ ਖੜ੍ਹੇ ਹਾਂ। ਪਹਿਲਾਂ ਉਹਨਾਂ ਨੇ ਇੰਨਾ ਪਿਆਰ ਦਿੱਤਾ ਹੈ, ਅਤੇ ਹੁਣ ਵੀ ਮੂਵੀਜ਼ 'ਚ ਵੀ ਇੰਨਾ ਪਿਆਰ ਦੇ ਰਹੇ ਨੇ, ਅਤੇ ਹੋਪ ਕਰਦੇ ਅੱਗੇ ਵੀ ਇੱਦਾਂ ਹੀ ਪਿਆਰ ਦਿੰਦੇ ਰਹਿਣਗੇ। ਉਹਨਾਂ ਕਰਕੇ ਅਸੀਂ ਹੈਗੇ ਹਾਂ, ਅਤੇ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਹਮੇਸ਼ਾ ਕੰਮ ਨੂੰ ਇੰਨਾ ਅਪਰੀਸ਼ੀਏਟ ਕੀਤਾ ਹੈ, ਇੰਨਾ ਪਿਆਰ ਦਿੱਤਾ ਹੈ, ਅਤੇ ਪਲੀਜ਼ ਅੱਗੇ ਵੀ ਇੱਦਾਂ ਹੀ ਦੇਦੇ ਰਹਿਣ। ਅਤੇ ਅਕਸ਼ਿਤਾ ਲੀਡ ਰੋਲ 'ਚ ਕਦੋਂ ਦਿਖਣਗੇ ਹੁਣ, ਨੈਕਸਟ ਪ੍ਰੋਜੈਕਟ 'ਚ? ਇਹ ਤਾਂ ਹੁਣ ਤੁਹਾਨੂੰ ਪ੍ਰੋਡਿਊਸਰ ਡਾਇਰੈਕਟਰ ਹੀ ਦੱਸਣਗੇ। ਤਾਂ ਅੱਜ ਕੱਲ੍ਹ ਐਕਚੁਲੀ ਮੈਨੂੰ ਲੱਗਦਾ ਨਹੀਂ ਅੱਜ ਕੱਲ੍ਹ ਕੁਛ ਟਿਪੀਕਲ ਟਾਈਪ ਕਾਸਟ ਹੈਗਾ ਕਿ ਤੁਸੀਂ ਲੀਡ ਰੋਲ ਹੀ ਕਰਨਾ ਹੈ, ਬਿਕੋਜ਼ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਜਿੰਨੇ ਵੀ ਕਰੈਕਟਰ ਆਰਟਿਸਟ ਨੇ, ਜਿਹੜੇ ਵੀ ਕਰੈਕਟਰਸ ਕਰ ਰਹੇ, ਉਹਨਾਂ ਦੇ ਉੱਪਰ ਰਹਿ ਕੇ ਮੂਵੀਜ਼ ਬਣ ਰਹੀਆਂ ਨੇ, ਉਹਨਾਂ ਨੂੰ ਮਾਈਂਡ 'ਤੇ ਰੱਖ ਕੇ ਉਹਨਾਂ ਦੀ, ਮਤਲਬ ਉਹਨਾਂ ਦੇ ਉੱਪਰ ਮੂਵੀ ਚੱਲਦੀ ਹੈ ਨਾ। ਅਤੇ ਫਿਰ ਅੱਜ ਕੱਲ੍ਹ ਮੈਨੂੰ ਲੱਗਦਾ ਨਹੀਂ ਕੁਛ ਹੈਗਾ ਕਿ ਮੇਨ ਲੀਡ 'ਚ ਹੋ ਕਿ ਕਰੈਕਟਰ 'ਚ ਹੋ, ਅਤੇ ਵਧੀਆ ਜਿੱਦਾਂ ਵੀ ਜਿਹੜਾ ਵੀ ਰੋਲ ਮਿਲੇ ਉਹਨੂੰ ਅੱਛੀ ਤਰ੍ਹਾਂ ਨਿਭਾਉਣਾ ਹੋਣਾ ਚਾਹੀਦਾ ਹੈ, ਨਿਭਾਓ, ਆਪਣਾ ਪ੍ਰੈਜੈਂਟ ਕਰੋ। ਮੈਨੂੰ ਲੱਗਦਾ ਉਹੀ ਸਭ ਤੋਂ ਵਧੀਆ ਆਰਟਿਸਟ ਵਾਸਤੇ ਪਹਿਚਾਣ ਹੈਗੀ ਹੈ। ਅੱਛਾ, ਕਾਕੇ ਦਾ ਵਿਆਹ 'ਚ ਕੋਈ ਮੈਮਰੀ ਇਸ ਤਰ੍ਹਾਂ ਦੀ ਤੁਹਾਡੀ ਹੋਵੇ, ਜਾਂ ਸੀਨ ਨਾਲ ਜੁੜੀ ਹੋਈ, ਜਾਂ ਸ਼ੂਟਿੰਗ ਦੌਰਾਨ ਕੁਛ ਸ਼ੇਅਰ ਕਰਨਾ ਚਾਹੋਗੇ? ਇਸ ਤਰ੍ਹਾਂ ਮਤਲਬ ਬਹੁਤ ਛੋਟਾ ਛੋਟਾ ਚੱਲਦਾ ਰਿਹਾ, ਗਰਮੀ ਬਸ ਇਹ ਯਾਦ ਹੈ ਸਾਨੂੰ ਕਿ ਗਰਮੀ ਬਹੁਤ ਸੀ, ਅਸੀਂ ਬਹੁਤ ਔਖੀ ਸ਼ੂਟ ਕੀਤੀ ਹੈ, ਬਟ ਹਾਂ, ਸਾਰੇ ਹਸੀਨ ਪਲ ਸੀਗੇ ਸਾਡੇ ਵਾਸਤੇ, ਬਿਕੋਜ਼ ਮੈਮ, ਰਿਸ਼ੀ ਮੈਮ, ਪ੍ਰੀਤੀ ਮੈਮ, ਹਾਰਬੀ ਸੰਘਾ ਜੀ, ਕਰਮਜੀਤ ਅਨਮੋਲ ਜੀ, ਜੋਰਡਨ ਪ੍ਰਭ, ਮਤਲਬ ਸਾਡੇ ਸਾਰੇ ਬਹੁਤ ਗੱਪਾਂ ਛੱਪਾਂ ਮਾਰਦੇ ਸੀ, ਏਜ ਗਰੁੱਪ ਵੀ ਕਈਆਂ ਦੇ ਵਿੱਚ ਸੇਮ ਸੀਗਾ, ਅਤੇ ਬਹੁਤ ਇੰਜੋਏ ਕਰਦੇ ਸੀ ਅਸੀਂ। ਸੋ ਅਕਸ਼ਿਤਾ, ਬਹੁਤ ਸਾਰੀ ਬੈਸਟ ਵਿਸ਼ਿਜ਼ ਤੁਹਾਨੂੰ। ਥੈਂਕ ਯੂ ਸੋ ਮਚ।